ਅ ਮਜ਼ਦੂਰ ਹੋਣ ਪੱਲੇਦਾਰ ਹੋਣ ਚਾਹੇ ਕੋਈ ਵੀ ਵਰਗ ਹੋਵੇ ਸਿਰਫ ਸਿਰਫ ੱੱਕੇ ਤੋਂ ਸਵਾਦ ਜੁਲਮ ਤੋਂ ਸਵਾਦ ਕੁਝ ਨਹੀਂ ਮਿਲ ਰਿਹਾ ਅ ਕੱਲ ਤੁਸੀਂ ਦੇਖਿਆ ਰੇਲ ਰੋ ਕੋ ਮਜ਼ਦੂਰਾਂ ਦੀਆਂ ਬੰਗਾ ਜੜੀਆਂ ਕਈ ਸਾਲ ਪੁਰਾਣੀਆਂ ਚੱਲ ਰਹੀਆਂ ਉਹਦੇ ਲਈ ਰੇਲ ਰੋ ਕੋ ਦੀ ਕੋਸ਼ਿਸ਼ ਕੀਤੀ ਗਈ ਔਰ ਬੜੀ ਵਧੀਆ ਤਰੀਕੇ ਤੇ ਇਤਿਹਾਸਿਕ ਤੌਰ ਤੇ ਕਾਮਯਾਬੀ ਮਿਲੀ ਪਰ ਪੰਜਾਬ ਸਰਕਾਰ ਨੇ ਉੱਤੇ ਜੁਲਮ ਜੜਾ ਟਾਇਆ ਵਾ ਜਿੰਨੇ ਉਹਦੀ ਨਖੇਦੀ ਕਰੀਏ ਔਰ ਜਿਹੜੇ 29 ਐਮਐਲਏ ਜਿਹੜੇ ਗੁੰਗੇ ਨੇ ਬਾਰ ਬਾਰ ਕਵਾਂਗੇ ਕਿ ਮੈਲਾਂ ਦੇ ਵਿੱਚ ਗੁਲਾਮੀ ਨਾਲੋਂ ਝੂੰਪੜੀ ਦਾ ਮਾਲਕ ਬੱਲਾ ਹੋਵੇ ਮਜ਼ਦੂਰ ਆਪਣਾ ਹੱਕ ਲੈਣ ਲਈ ਜਦੋਂ ਜਦਾਂ ਦੀ ਕੋਠੀ ਤੇ ਲੱਗੇ ਜਾਂਦੇ ਆ ਕੰਡਿਆਲੀ ਤਾਰਾ ਲੱਗ ਜਾਂਦੀ ਹੈ 144 ਲੱਗ ਜਾਂਦੀ ਹੈ ਡਾਂਗਾ ਪੈਂਦੀਆਂ ਨੇ ਜ਼ਿੰਮੇਵਾਰ ਕੌਣ ਸ਼ਾਦਲ ਪ੍ਰਸ਼ਾਸਨ ਤੇ ਹੈਗਾ ਹੀ ਹੈਗਾ ਪਰ ਕਿਤੇ ਨਾ ਕਿਤੇ ਆਪਾਂ ਤੇ ਵੀ ਜ਼ਿੰਮੇਵਾਰੀ ਹੈਗੀ ਜਦੋਂ ਇਦਾਂ ਦੇ ਅਤਿਆਚਾਰ ਬਹੁਜਨ ਮਜ਼ਦੂਰਾਂ ਤੇ ਹੋਣ ਕਿਸੇ ਵੀ ਸਮਾਜ ਬਹੁਜਨ ਸਮਾਜ ਦੇ ਕਿਸੇ ਵੀ ਆਗੂਆਂ ਦੇ ਉੱਤੇ ਜਾਂ ਭੈਣ ਭਰਾਵਾਂ ਤੇ ਹੋਵੇ ਅਤਿਆਚਾਰ ਹੋਵੇ ਸਾਡੇ ਬੱਚਿਆਂ ਤੇ ਹੋਵੇ ਤੇ ਜਿੱਥੇ ਵੀ ਇਹਨਾਂ ਆਗੂਆਂ ਤੇ ਵੱਡੇ ਸਵਾਲ ਉੱਠਣਗੇ ਨਾ ਜੀ ਉਹ ਮੇਰੇ ਤੇ ਉੱਠਣਗੇ ਤੁਹਾਡੇ ਤੇ ਉੱਠਣਗੇ ਜਿਹੜੇ ਵੀ ਸਾਥੀ ਸੜਕ ਤੇ ਰਹਿੰਦੇ ਆ ਇਤਿਹਾਸ ਤੇ ਪੁੱਛੇਗਾ ਕਿ ਭ ਕੀ ਆਪਾਂ ਸੜਕਾਂ ਬੰਦ ਕੀਤੀਆਂ ਕੀ ਆਪਾਂ ਪੰਜਾਬ ਬੰਦ ਕੀਤਾ ਕੀ ਆਪਾਂ ਰੇਲ ਰੋਕੀਆਂ ਕੀ ਆਪਾਂ ਵੱਡੇ ਐਜੀਟੇਸ਼ਨਸ ਕੀਤੇ ਸੰਕੇਤਕ ਤੌਰ ਤੇ ਐਜੀਟੇਸ਼ਨ ਜ਼ਰੂਰ ਕਰੋ ਜਿਹਦੇ ਕੋਈ ਜੋ ਕੁਝ ਨਹੀਂ ਹੋ ਸਕਦਾ ਮੇਰੇ ਵਾਂਗ ਬੋਲਣ ਦੀ ਕੋਸ਼ਿਸ਼ ਕਰੋ ਕੋਈ ਲਿਖਣ ਵਾਲੇ ਸਾਥੀ ਲਿਖਣ ਦੀ ਕੋਸ਼ਿਸ਼ ਕਰ ਰਿਹਾ ਕੋਈ ਸੜਕ ਤੇ ਆਣ ਦੀ ਕੋਸ਼ਿਸ਼ ਕਰ ਰਿਹਾ ਮੁੱਖ ਮੰਤਰੀ ਦੇ ਖਿਲਾਫ ਕੱਲ ਇੱਕ ਰਾਜਪਾਲ ਨੂੰ ਮਨ ਪੱਤਰ ਵੀ ਦਿੱਤਾ ਗਿਆ ਰਾਜਪਾਲ ਦੇ ਡੈਲੀਗੇਟ ਜਾਇਬੀਮ ਜਾਇਸ ਸਵਿਧਾਨ ਜੀ ਓਖੇ ਦੌਰ ਚ ਹੈ ਜੀ ਓਖੇ ਦੌਰ ਚ ਬਹੁਜਨ ਸਮਾਜ ਐਸ ਸੀ ਸਮਾਜ ਪੂਰੇ ਭਾਰਤ ਚ ਵੀ ਤੇ ਸੂਬਾ ਪੰਜਾਬ ਚ ਵੀ ਅਨਤੀ ਸੀਟਾਂ ਦਿੱਤੀਆਂ ਬਾਰ-ਬਾਰ ਬੇਨਤੀ ਕਰਾਂਗੇ 29 ਸੀਟਾਂ ਇਤਿਹਾਸਿਕ ਤੌਰ ਤੇ ਦੇ ਕੇ ਵੀ ਐਸੀ ਮੁੱਖ ਮੰਤਰੀ ਨੂੰ ਹਰਾ ਕੇ ਵੀ ਅੱਜ ਸਿਰਫ ਡਾਂਗਾ ਮਿਲ ਰਿਹਾ ਮਜ਼ਦੂਰ ਹੋਣ ਪੱਲੇਦਾਰ ਹੋਣ ਚਾਹੇ ਕੋਈ ਵੀ ਵਰਗ ਹੋਵੇ ਸਿਰਫ ਸਿਰਫ ੱੱਕੇ ਤੋਂ ਸਵਾ ਜ਼ੁਲਮ ਤੋਂ ਸਵਾ ਕੁਝ ਨਹੀਂ ਮਿਲ ਰਿਹਾ ਕੱਲ ਤੋਂ ਵੀ ਦੇਖਿਆ ਰੇਲ ਰੋਕੋ ਮਜ਼ਦੂਰਾਂ ਲਈ ਅੰਮ ਬੰਗਾ ਜੜੀਆਂ ਕਈ ਸਾਲ ਪੁਰਾਣੀਆਂ ਚੱਲ ਰਹੀਆਂ ਉਹਦੇ ਲਈ ਰੇਲੂ ਕੋਦੀ ਕੋਸ਼ਿਸ਼ ਕੀਤੀ ਗਈ ਔਰ ਬੜੀ ਵਧੀਆ ਤਰੀਕੇ ਦਾ ਇਤਿਹਾਸਿਕ ਤੌਰ ਤੇ ਕਾਮਯਾਬੀ ਮਿਲੀ ਪਰ ਪੰਜਾਬ ਸਰਕਾਰ ਨੇ ਉੱਤੇ ਜੁਲਮ ਜੜਟਾਇਆ ਵਾ ਜਿੰਨੇ ਉਹਦੀ ਨਖੇਦੀ ਕਰੀਏ ਔਰ ਜਿਹੜੇ 29 ਐਮਐਲਏ ਜਿਹੜੇ ਗੁੰਗੇ ਨੇ ਬਾਰ ਬਾਰ ਕਵਾਂਗੇ ਕਿ ਮਹਿਲਾਂ ਦੇ ਵਿੱਚ ਗੁਲਾਮੀ ਨਾਲੋਂ ਝੂੰਪੜੀ ਦਾ ਮਾਲਕ ਬਨਣਾ ਵਧੀਆ ਮਾਨ ਸਮਾਨ ਤੇ ਹੁੰਦਾ ਉਹਦੇ ਵਿੱਚ ਘੱਟ ਤੋਂ ਘੱਟ ਇਹਨਾਂ 29 ਦੇ ਉੱਤੇ ਵੱਡੇ ਸਵਾਲ ਹੈਗੇ ਆ ਬਾਕੀ ਦੂਜੀ ਪਾਰਟੀਆਂ 'ਚ ਵੀ ਜਿਹੜੇ ਅਸੀਂ ਸਮਝਦੇ ਹੈਗੇ ਆ ਰਾਖਵਾਕਰਨ ਪੋਲੀਟੀਕਲ ਰੈਜ਼ਰਵੇਸ਼ਨ ਤੋਂ ਜਿੱਤੇ ਹੋਏ ਬਾਬਾ ਸਾਹਿਬ ਦੇ ਸੰਵਿਧਾਨ ਦੇ ਹਿਸਾਬ ਦੇ ਨਾਲ ਜਿਹੜਾ ਹੱਕ ਮਿਲਿਆ ਨੇ ਤਾਂ ਇਹ ਕੀ ਕੇਜਰੀਵਾਲ ਮੋਦੀ ਵਰਗੇ ਲੋਕ ਜਾਖੜ ਵਰਗੇ ਲੋਕ ਰਾਜਾ ਵਰਗੇ ਲੋਕ ਇਹ ਤੁਹਾਨੂੰ ਲੱਗੇ ਵੀ ਪਠਾਨ ਪੋਸੀਬਲ ਨਹੀਂ ਹੈਗਾ ਇਹ ਤੇ ਬਾਬਾ ਸਾਹਿਬਾਂ ਬੇਦਖਰਜੀ ਦੀ ਪੋਲੀਟੀਕਲ ਰੈਜ਼ਰਵੇਸ਼ਨ ਹੈ ਜਿਹਦੇ ਨਾਲ ਅੱਜ ਇਹ ਬਰਾਬਰ ਤੇ ਇਹਨਾਂ ਨੂੰ ਮੌਕੇ ਸਾਨੂੰ ਮਿਲ ਰਹੇ ਆ ਅ ਪਰ ਕੀ ਬਰਾਬਰ ਦੇ ਮੁੱਕੇ ਨਾਲ ਬਰਾਬਰ ਦੀ ਜਵਾਬ ਦੇਈਆਂ ਨਹੀਂ ਤਿਆ ਕਰਦੇ ਸਵਾਲ ਨਹੀਂ ਤਿਆ ਕਰਦੇ ਆਪਣੇ ਐਮਐਲਏ ਜਿਹੜੇ ਸਵਾਲ ਕਦੋਂ ਪੁੱਛਣਗੇ ਬਾਰ ਬਾਰ ਬੇਨਤੀ ਕਰਾਂਗੇ ਕਦੋਂ ਸਵਾਲ ਪੁੱਛਾਂਗੇ ਆਪਾਂ ਕਿ ਭਾਈ ਇਹ ਜਿਹੜਾ ਜ਼ੁਲਮ ਹੋ ਰਿਹਾ ਪਿਛਲੇ 2 ਸਾਲ ਤੋਂ ਇਹਦੀ ਜਵਾਬਦੇਹੀ ਕੌਣ ਤਿਆ ਕਰੇਗਾ ਬਾਬਾ ਸਾਹਿਬ ਉਮੀਦਵਾਰ ਜੀ ਦੀ ਫੋਟੋਆਂ ਦਫਤਰਾਂ ਦੇ ਵਿੱਚ ਲਾਈਆਂ ਜਾਂਦੀਆਂ ਹਨ ਪਰ ਲਾਭ ਸਰਾਂ ਦੇ ਟਾਈਮ ਕਿ ਆ ਜਾਂਦਾ ਮੰਤਬੁੱਦੀ ਔਰ ਫੋਟੋਆਂ ਲਾਉਣ ਤੋਂ ਬਾਅਦ ਐਸੀ ਕਮਿਸ਼ਨ ਦਾ ਜੋ ਹਾਲ ਕੀਤਾ ਗਿਆ ਐਸਸੀਐਸਟੀ ਐਕਟ ਕਿਸ ਤਰੀਕੇ ਨਾਲ ਕਮਜ਼ੋਰ ਕਰਤਾ ਗਿਆ ਡਾਕਟਰ ਪੰਪੋਸ਼ ਵੇਲੇ ਤੁਸੀਂ ਪਿੰਡ ਪਥਰਾਲਾ ਵੇਲੇ ਤੁਸੀਂ ਦੇਖਿਆ ਕਿੰਦਾ ਜੰਗ ਲੜਨੀ ਪਈ ਐਸਸੀਐਸਟੀ ਐਕਟ ਲਈ ਧਰਨੇ ਲਾਣੇ ਪੈਂਦੇ ਆ ਉਸ ਤੋਂ ਬਾਅਦ ਨੇਤਾ ਬਿਨੇਤਾ ਅਮਰਤਮਾਨ ਵਰਗੇ ਔਰ ਬੂਹੇਬਾਰੀਆਂ ਫਿਲਮ ਦੇ ਨੀਰੂ ਬਾਜਵਾ ਵਰਗੇ ਲੋਕ ਸਿਆਸੀ ਦਖਲਅੰਦਾਜ਼ੀ ਦੇ ਨਾਲ ਪੂਰਾ ਫਾਇਦਾ ਲੈ ਜਾਂਦੇ ਨੇ ਨਾ ਉਹਦੇ ਬਾਪ ਤੇ ਕਾਰਵਾਈ ਹੋਈ ਪਾਰੀ ਇਹਨਾਂ ਨੀਲੂ ਬਾਜਵੇ ਦੀ ਗ੍ਰਿਫਤਾਰੀ ਹੋ ਪਾਰੀ ਹੈ ਗੱਲ ਮਾਨਸ ਮਜ਼ਦੂਰ ਆਪਣਾ ਹੱਕ ਲੈਣ ਲਈ ਜਦੋਂ ਜਦਾਂ ਦੀ ਕੋਠੀ ਤੇ ਲੱਗੇ ਜਾਂਦੇ ਆ ਕੰਡਿਆਲੀ ਤਾਰਾ ਲੱਗ ਜਾਂਦੀ ਹੈ 144 ਲੱਗ ਜਾਂਦੀ ਹੈ ਡਾਂਗਾ ਪੈਂਦੀਆਂ ਮ ਜਿੰਮੇਵਾਰ ਕੌਣ ਆ ਸ਼ਾਹਨ ਪ੍ਰਸ਼ਾਸਨ ਦੇ ਹੈਗਾ ਹੀ ਹੈਗਾ ਪਰ ਕਿਤੇ ਨ ਕਿਤੇ ਆਪਾਂ ਤੇ ਵੀ ਜ਼ਿੰਮੇਵਾਰੀ ਹੈਗੀ ਰੋਜ਼ ਆਪਾਂ ਅਲੱਗ ਅਲੱਗ ਮੁੱਦਿਆਂ ਤੇ ਬੋਲਦੇ ਆ ਐਸੀ ਬੱਚਾ ਦੇ ਵਿੱਚ ਹੀ ਫਿਰ ਤੇ 800 ਰੁਪਏ ਦੀ ਦਿਹਾੜੀ ਦਾ ਕਮਿਸ਼ਨ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰਮਿਸ਼ਨ ਦਾ ਮਤਲਬ ਕਿਤੇ ਇਹ ਨਹੀਂ ਹੈਗਾ ਕਿ ਜਦੋਂ ਸਾਡੇ ਸਾਥੀਆਂ ਦੇ ਉੱਤੇ ਡਾਂਗਾ ਪੈਣ ਜਾਂ ਉਹਨਾਂ ਦੇ ਨਾਲ ਇੰਨਾ ਜ਼ੁਲਮ ਹੋਵੇ ਖਾਸ ਤੌਰ ਤੇ ਮਹਿਲਾਵਾਂ ਦੇ ਨਾਲ ਜੋ ਹਾਲ ਹੋ ਰਿਹਾ ਮਜ਼ਦੂਰ ਜਿਹੜੀਆਂ ਸੜੀਆਂ ਪੈਣਾ ਨੇ ਤੇ ਸਾਡੇ ਕੋਲ ਚੁੱਪੀ ਦਾ ਕੋਈ ਹੱਲ ਨਹੀਂ ਹੈਗਾ ਕੋਈ ਚੁੱਪੀ ਦਾ ਜਵਾਬ ਨਹੀਂ ਹੈਗਾ ਮਾਫੀ ਚਾਹੁੰਦਾ ਚੁੱਪੀ ਨਹੀਂ ਰੱਖ ਸਕਦੇ ਆਪਾਂ ਸਾਨੂੰ ਸੰਗਠਿਤ ਹੋਣਾ ਪਏਗਾ ਹਾਲੇ ਕਿ ਸਾਡੀ ਜਿਹੜੀ ਉਹ ਮਿਸ਼ਨ ਨੇ ਮਜ਼ਦੂਰ ਦੀ ਦਿਹਾੜੀ ਵਾਲੇ ਅਸੀਂ ਬੱਚਾ ਦੇ ਵਜੀਫੇ ਕਿਤੇ ਨਾ ਕਿਤੇ ਉਹਨਾਂ ਨੂੰ ਢਾਹ ਲੱਗਦੀ ਆ ਪਰ ਕਰ ਕੀ ਸਕਦੇ ਆ ਜਦੋਂ ਸਰਕਾਰਾਂ ਜ਼ੁਲਮ ਕਰਨਗੀਆਂ ਸ ਬੋਲਣਾ ਪਏਗਾ ਸੜਕ ਤੇ ਆ ਕੇ ਬੋਲਣਾ ਪਏਗਾ ਬਹੁਤ ਜੀ ਸੰਗਠਨਾਂ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਆ ਆਪਾਂ ਚੁੱਪ ਨਹੀਂ ਰਹਿ ਸਕਦੇ ਪਿਕ ਐਂਡ ਚੂਜ਼ ਨਹੀਂ ਕਰ ਸਕਦੇ ਬਾਰ ਬਾਰ ਬੇਨਤੀ ਕਰਾਂਗੇ ਕਿਸੇ ਮੁੱਦੇ ਦੇ ਆਪਾਂ ਬੋਲਣਾ ਕਿਸੇ ਮੁੱਦੇ ਤੇ ਨਹੀਂ ਬੋਲਣਾ ਇਹ ਸਾਡੇ ਕੋਲ ਚੁਆਇਸ ਵੀ ਹੈਗੀ ਸਾਡੇ ਲਈ ਸਰਕਾਰਾਂ ਸਾਰੀਆਂ ਹੀ ਉਤਾਂ ਦੀਆਂ ਉਹਨਾਂ ਦੀ ਜਵਾਬਦੇਹੀ ਤੈਅ ਕਰਨੀ ਜ਼ਰੂਰੀ ਹੈ ਚਾਹੇ ਮੋਦੀ ਦੀ ਹੋਵੇ ਚਾਹੇ ਕੇਜਰੀਵਾਲ ਦੀ ਹੋਵੇ ਚਾਹੇ ਇਹ ਹੰਕਾਰੀ ਮਨੁਵਾਦੀ ਭਗਵੰਤ ਮਾਨ ਦੀ ਹੋਵੇ ਸਾਨੂੰ ਬੋਲਣਾ ਹੀ ਪਏਗਾ ਔਰ ਮੈਂ ਬੇਨਤੀ ਕਰਦਾ ਵਾਂ ਜੇ ਨੀਲਾ ਰਾਜ ਵੀ ਨੀਲਾ ਝੰਡਾ ਵੀ ਉਹਦਾ ਵੀ ਰਾਜ ਹੋਵੇ ਤੇ ਜੇ ਉਹਦੇ ਚ ਵੀ ਕੋਈ ਕਿਸੇ ਤਰੀਕੇ ਦੀ ਐਟ੍ਰ ਜਦੋਂ ਇੰਦਾ ਦੇ ਅਤਿਆਚਾਰ ਬਹੁਜਨ ਮਜ਼ਦੂਰਾਂ ਤੇ ਹੋਣ ਅ ਕਿਸੇ ਵੀ ਸਮਾਜ ਬਹੁਜਨ ਸਮਾਜ ਦੇ ਕਿਸੇ ਵੀ ਆਗੂਆਂ ਦੇ ਉੱਤੇ ਜਾਂ ਭੈਣ ਭਰਾਵਾਂ ਤੇ ਹੋਵੇ ਅਤਿਆਚਾਰ ਹੋਵੇ ਸਾਡੇ ਬੱਚਿਆਂ ਤੇ ਹੋਵੇ ਤੇ ਜਿੱਥੇ ਬੰਦੇ ਆਗੂਆਂ ਤੇ ਵੱਡੇ ਸਵਾਲ ਉੱਠਣਗੇ ਨਾ ਜੀ ਉਹ ਮੇਰੇ ਤੇ ਉੱਠਣਗੇ ਤੁਹਾਡੇ ਤੇ ਉੱਠਣਗੇ ਜਿਹੜੇ ਵੀ ਸਾਥੀ ਸੜਕ ਤੇ ਰਹਿੰਦੇ ਆ ਇਤਿਹਾਸ ਤੇ ਪੁੱਛੇਗਾ ਕਿ ਭਾਈ ਸਾਬ ਆਪਾਂ ਕੀ ਕਰਦੇ ਸੀ ਕਿ ਆਪਾਂ ਸੜਕਾਂ ਬੰਦ ਕੀਤੀਆਂ ਕਿ ਆਪਾਂ ਪੰਜਾਬ ਬੰਦ ਕੀਤਾ ਕਿ ਆਪਾਂ ਰੇਲ ਰੋਕੀਆਂ ਕਿ ਆਪਾਂ ਵੱਡੇ ਐਜੀਟੇਸ਼ਨਸ ਕੀਤੇ ਸੰਕੇਤਿਕ ਤੌਰ ਤੇ ਐਜੀਟੇਸ਼ਨ ਜ਼ਰੂਰ ਕਰੋ ਜਿਹਦੇ ਕੋ ਜੋ ਕੁਝ ਨਹੀਂ ਹੋ ਸਕਦਾ ਮੇਰੇ ਵਾਂਗ ਬੋਲਣ ਦੀ ਕੋਸ਼ਿਸ਼ ਕਰੋ ਕੋਈ ਲਿਖਣ ਵਾਲੇ ਸਾਥੀ ਲਿਖਣ ਦੀ ਕੋਸ਼ਿਸ਼ ਕਰ ਰਿਹਾ ਕੋਈ ਸੜਕ ਤੇ ਆਣ ਦੀ ਕੋਸ਼ਿਸ਼ ਕਰ ਰਿਹਾ ਮੁੱਖ ਮੰਤਰੀ ਦੇ ਖਿਲਾਫ ਕੱਲ ਇੱਕ ਰਾਜਪਾਲ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਰਾਜਪਾਲ ਦੇ ਡੈਲੀਗੇਟ